ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀਐਡ ਸੈਮ 1 ਦੀ ਡੇਟ ਸ਼ੀਟ ਆ ਚੁੱਕੀ ਹੈ। ਪ੍ਰੀਖਿਆ ਸ਼ੁਰੂ ਹੋ ਰਹੀ ਹੈ 8 ਜਨਵਰੀ 2024 ਤੋਂ। ਲਿਖਤੀ ਪ੍ਰੀਖਿਆ ਹੈ। ਕਿਹੜੇ ਵਿਦਿਆਰਥੀ ਇਸ ਵਿੱਚ ਸ਼ਾਮਲ ਹੋਣਗੇ? ਸਭ ਤੋਂ ਪਹਿਲਾਂ ਹੈ ਰੈਗੂਲਰ ਰੀਪੀਅਰ, ਸਪੈਸ਼ਲ ਚਾਂਸ, ਡਿਸਟੈਂਸ ਐਜੂਕੇਸ਼ਨ ਅਡੀਸ਼ਨਲ ਵਿਦਿਆਰਥੀਆਂ ਲਈ ਹੈ। ਰੀਪੀਅਰ ਦੇ ਵਿਦਿਆਰਥੀ ਵੀ ਇਸ ਡੇਟ ਸ਼ੀਟ ਵਿੱਚ ਚਲੰਤ ਸਿਲੇਬਸ ਅਨੁਸਾਰ ਪੇਪਰ ਦੇਣਗੇ। ਸ਼ਾਮ ਦਾ ਸੈਸ਼ਨ ਹੋਏਗਾ 1:30 ਵਜੇ ਤੋਂ 4:30 ਵਜੇ ਤੱਕ ਪੇਪਰ ਹੋਏਗਾ। ਇਹ ਡੇਟ ਸ਼ੀਟ ਜਦ ਦੇਖਣੀ ਹੈ ਤਾਂ ਬ੍ਰੈਕਟਾਂ ਵਿੱਚ ਦਰਸਾਏ ਗਏ ਜਿਹੜੇ ਨੰਬਰ ਹਨ ਉਹ ਸਿਰਫ ਦਫ਼ਤਰੀ ਵਰਤੋਂ ਲਈ ਹੈ, ਤੁਹਾਡੇ ਵਿਦਿਆਰਥੀਆਂ ਲਈ ਇਸ ਦਾ ਕੋਈ ਅਰਥ ਨਹੀਂ ਹੈ। ਮਿਤੀ ਕਦੋਂ ਪੇਪਰ ਸ਼ੁਰੂ ਹੁੰਦੇ ਹਨ? 8/1/2024 ਨੂੰ ਪਹਿਲਾ ਪੇਪਰ ਹੈ, ਫਿਲਸੋਫਿਕਲ ਪਰਸਪੈਕਟਿਵ ਇਨ ਐਜੂਕੇਸ਼ਨ। 10/1/2024 ਨੂੰ ਹੋ ਰਿਹਾ ਹੈ ਸਾਈਕੋਲੋਜੀਕਲ ਪਰਸਪੈਕਟਿਵ ਇਨ ਐਜੂਕੇਸ਼ਨ। ਇੱਕ ਛੁੱਟੀ ਆ ਰਹੀ ਹੈ 12 ਤਰੀਕ ਨੂੰ ਹੈ ਟੀਚਿੰਗ ਲਰਨਿੰਗ ਪ੍ਰੋਸੈਸ। ਉਸ ਤੋਂ ਬਾਅਦ ਹੈ 15 ਤਰੀਕ ਨੂੰ, ਦੋ ਛੁੱਟੀਆਂ ਦੇ ਨਾਲ ਪੇਪਰ ਹੈ, ਲਾਈਬ੍ਰੇਰੀ ਰਿਸੋਰਸਿਸ ਐਂਡ ਆਰਟ ਇਨ ਐਜੂਕੇਸ਼ਨ। 18 ਤਰੀਕ ਨੂੰ ਪੇਪਰ ਹੈ ਐਕਸਪੀਰੀਐਂਸ਼ੀਅਲ ਲਰਨਿੰਗ, ਵਿਵਹਾਰਿਕ ਸਿੱਖਣਾ ਪੰਜਾਬੀ ਵਿੱਚ ਹੈ। ਨੈਕਸਟ ਹੈ, ਇਹ 1.5 ਘੰਟੇ ਦਾ ਪੇਪਰ ਹੋਏਗਾ। ਇਹ ਨਾਲ ਨਾਲ ਲਿਖਿਆ ਹੈ ਜਿਹੜਾ ਪਿਛਲਾ ਪੇਪਰ ਲਾਈਬ੍ਰੇਰੀ ਰਿਸੋਰਸਿਸ ਐਂਡ ਆਰਟਸ ਇਨ ਐਜੂਕੇਸ਼ਨ ਹੈ, 1.5 ਘੰਟੇ ਦਾ ਪੇਪਰ ਹੈ। ਮੈਂ ਨਾਲ ਨਾਲ ਦੱਸਾਂਗਾ ਤੁਹਾਨੂੰ ਵੀਡੀਓ ਵਿੱਚ ਕਿ ਕਿਵੇਂ ਇਹਨਾਂ ਪੇਪਰਾਂ ਦੀ ਤਿਆਰੀ ਵੀ ਕਰਨੀ ਹੈ ਔਰ ਲਿਖਤੀ ਪੰਜਾਬ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਵਿੱਚ ਕੀ ਖਿਆਲ ਰੱਖਣਾ ਹੈ ਕਿ ਅੰਕ ਵਧੇਰੇ ਪ੍ਰਾਪਤ ਕੀਤੇ ਜਾ ਸਕਣ, ਜਿੰਨਾ ਵੀ ਤੁਹਾਡੇ ਕੋਲ ਸਮਾਂ ਹੈ ਉਸ 'ਚ ਵੱਧ ਤੋਂ ਵੱਧ ਅੰਕ ਪ੍ਰਾਪਤ ਕੀਤੇ ਜਾ ਸਕਦੇ ਹਨ। 20 ਜਨਵਰੀ 2024 ਨੂੰ ਜਿਹੜੇ ਪੇਪਰ ਨੇ ਆਪਸ਼ਨ ਨੇ ਪੈਡਾਗੋਜੀ ਦੇ, ਜਿੱਥੇ ਟੀਚਿੰਗ ਲਿਖਿਆ ਹੈ ਪੈਡਾਗੋਜੀ ਵੀ ਆ ਸਕਦਾ ਹੈ ਉੱਥੇ। ਆਪਸ਼ਨ 7 ਹੈ ਟੀਚਿੰਗ ਆਫ ਫਿਜ਼ੀਕਲ ਸਾਇੰਸ, ਆਪਸ਼ਨ 12 ਹੈ ਟੀਚਿੰਗ ਆਫ ਸੋਸ਼ਲ ਸਟੱਡੀ, ਆਪਸ਼ਨ 13 ਹੈ ਟੀਚਿੰਗ ਆਫ ਇਕਨੋਮਿਕਸ, ਆਪਸ਼ਨ 14 ਹੈ ਟੀਚਿੰਗ ਆਫ ਜੋਗ੍ਰਾਫੀ, ਆਪਸ਼ਨ 15 ਹੈ ਟੀਚਿੰਗ ਆਫ ਪੋਲੀਟੀਕਲ ਸਾਇੰਸ, ਆਪਸ਼ਨ 16 ਹੈ ਟੀਚਿੰਗ ਆਫ ਹਿਸਟਰੀ। ਇਸ ਤੋਂ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਇਹ ਜੋ ਪੇਪਰ ਇਕੱਠੇ ਨੇ, ਹੈ ਨਾ, ਇਟ ਮੀਨਸ ਇਹਨਾਂ ਦਾ ਕੰਬੀਨੇਸ਼ਨ ਕਦੇ ਵੀ ਨਹੀਂ ਬਣੇਗਾ ਜੋ ਅਸੀਂ ਐਡਮਿਸ਼ਨ ਵੇਲੇ ਗੱਲਾਂ ਕੀਤੀਆਂ ਸੀ। ਸੋ ਇੱਕ ਦਿਨ ਜਿਹੜਾ ਪੇਪਰ ਆਉਂਦੇ ਇਕੱਠੇ ਹੁੰਦੇ ਆ, ਉਹ ਤੁਸੀਂ ਇਕੱਠੇ ਦੋ ਸਬਜੈਕਟ ਬੀਐਡ ਵਿੱਚ ਨਹੀਂ ਲੈ ਸਕਦੇ ਕਿ ਕਿਸੇ ਨੂੰ ਗਾਈਡ ਕਰਨਾ ਹੋਵੇ, ਇਸ ਤੋਂ ਕਰ ਸਕਦੇ ਹੋ। 22 ਜਨਵਰੀ 2024 ਨੂੰ 1.5 ਘੰਟੇ ਦਾ ਪੇਪਰ ਹੈ। ਦੋ ਪੇਪਰ ਨੇ, ਆਪਸ਼ਨ 2 ਟੀਚਿੰਗ ਆਫ ਪੰਜਾਬੀ, ਆਪਸ਼ਨ 5 ਟੀਚਿੰਗ ਆਫ ਸੰਸਕ੍ਰਿਤ। ਇਹ 23/1/2024 ਨੂੰ 1.5 ਘੰਟੇ ਦਾ ਪੇਪਰ ਹੈ, ਆਪਸ਼ਨ 10 ਟੀਚਿੰਗ ਆਫ ਕੰਪਿਊਟਰ ਸਾਇੰਸ। 24/1/2024 ਨੂੰ ਆਪਸ਼ਨ 20 ਟੀਚਿੰਗ ਆਫ ਮਿਊਜ਼ਿਕ। 25 ਤਰੀਕ ਨੂੰ ਪੇਪਰ 1.5 ਘੰਟੇ ਦਾ ਹੈ, ਆਪਸ਼ਨ 11 ਟੀਚਿੰਗ ਆਫ ਕਮਰਸ, ਟੀਚਿੰਗ ਆਫ ਹੋਮ ਸਾਇੰਸ 17 ਆਪਸ਼ਨ ਹੈ, 18 ਆਪਸ਼ਨ ਹੈ ਟੀਚਿੰਗ ਆਫ ਐਗਰੀਕਲਚਰ। 27 ਤਰੀਕ ਨੂੰ ਹੈ ਪੇਪਰ, ਸ਼ਨੀਵਾਰ ਨੂੰ ਆਪਸ਼ਨ 1 ਦਾ ਟੀਚਿੰਗ ਆਫ ਇੰਗਲਿਸ਼ ਔਰ ਆਪਸ਼ਨ 4 ਹੈ ਟੀਚਿੰਗ ਆਫ ਉਰਦੂ, ਇਟ ਮੀਨਸ ਇੰਗਲਿਸ਼ ਅਤੇ ਉਰਦੂ ਇਕੱਠੇ ਨਹੀਂ ਮਿਲ ਸਕਦੇ। 29 ਤਰੀਕ ਨੂੰ ਇਹ ਮੇਰੇ ਖਿਆਲ, ਹਾਂ 27 ਤਰੀਕ ਨੂੰ ਮੈਂ ਦੱਸਿਆ ਸੀ, 27 ਤਰੀਕ ਨੂੰ ਟੀਚਿੰਗ ਆਫ ਇੰਗਲਿਸ਼ ਅਤੇ ਟੀਚਿੰਗ ਆਫ ਉਰਦੂ ਹੈ, 1.5 ਘੰਟੇ ਦਾ ਪੇਪਰ ਹੈ। 29 ਤਰੀਕ ਨੂੰ ਪੇਪਰ ਹੈ ਟੀਚਿੰਗ ਆਫ ਸਾਇੰਸ, ਆਪਸ਼ਨ 6, ਆਪਸ਼ਨ 21 ਟੀਚਿੰਗ ਆਫ ਫਿਜ਼ੀਕਲ ਐਜੂਕੇਸ਼ਨ। 31 ਤਰੀਕ ਨੂੰ 1.5 ਘੰਟੇ ਦਾ ਪੇਪਰ ਹੈ ਬੁੱਧਵਾਰ, ਆਪਸ਼ਨ 8 ਟੀਚਿੰਗ ਆਫ ਲਾਈਫ ਸਾਇੰਸ, ਆਪਸ਼ਨ 9 ਟੀਚਿੰਗ ਆਫ ਮੈਥਮੈਟਿਕਸ, ਆਪਸ਼ਨ 19 ਟੀਚਿੰਗ ਆਫ ਫਾਈਨ ਆਰਟ। ਨੈਕਸਟ ਹੈ 2 ਫਰਵਰੀ 2024 ਨੂੰ ਮੇਰੇ ਖਿਆਲ ਵਰਲਡ ਵੈਟਲੈਂਡ ਡੇ ਹੁੰਦਾ ਹੈ ਇਸ ਦਿਨ, ਸ਼ੁੱਕਰਵਾਰ ਨੂੰ 2 ਫਰਵਰੀ ਨੂੰ, 1.5 ਘੰਟੇ ਦਾ ਪੇਪਰ ਹੈ ਟੀਚਿੰਗ ਆਫ ਹਿੰਦੀ। ਸੋ
ਇਹ ਤੁਹਾਡੀ ਡੇਟ ਸ਼ੀਟ ਹੈ। ਨੀਚੇ ਕੁਛ ਇੱਕ ਪ੍ਰੀਖਿਆ ਕੇਂਦਰ ਦਿੱਤੇ ਗਏ ਹਨ, ਇਹਨਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਸੀਂ। ਇੱਥੇ ਇੱਕ ਨੋਟ ਹੈ, ਸਮੂਹ ਸੰਬੰਧ ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਪ੍ਰਬੰਧੀ ਕਾਰਨ ਕਰਕੇ ਕਈ ਵਾਰ ਡੇਟ ਸ਼ੀਟ ਵਿੱਚ ਤਬਦੀਲੀ ਆ ਸਕਦੀ ਹੈ। ਮੈਂ ਇਹ ਦੱਸਦਾ ਕਿ ਪਿਛਲੇ ਜਿਹੜੇ ਅਡੀਸ਼ਨਲ ਵਾਲੇ ਜਾਣਦੇ ਨੇ ਕਿ 3 ਵਾਰ ਡੇਟ ਸ਼ੀਟ ਚੇਂਜ ਹੋਈ ਹੈ, ਸੋ ਅਵੇਅਰ ਰਹਿਣਾ ਪਏਗਾ। ਜੇ ਡੇਟ ਸ਼ੀਟ ਚੇਂਜ ਹੁੰਦੀ ਹੈ ਤਾਂ ਕਈ ਵਿਦਿਆਰਥੀਆਂ ਦੇ ਪੇਪਰ ਰਹਿ ਵੀ ਗਏ ਨੇ ਜਿਹੜੇ ਅਡੀਸ਼ਨਲ ਵਾਲੇ ਨੇ, ਉਹਨਾਂ ਲਈ ਅਲੱਗ ਤੋਂ ਵੀਡੀਓ ਪਾ ਦਾਂਗਾ ਕਿ ਉਹ ਕੀ ਕਰ ਸਕਦੇ ਨੇ। ਵੈਸੇ ਐਪਲੀਕੇਸ਼ਨ ਦੇਣੀ ਹੈ ਉਹਨਾਂ ਨੇ ਯੂਨੀਵਰਸਿਟੀ ਜਾ ਕੇ ਕਿ ਸਾਡਾ ਡੇਟ ਸ਼ੀਟ ਚੇਂਜ ਹੋਣ ਕਰਕੇ ਰਹਿ ਗਿਆ ਹੈ। ਇੱਥੇ ਅੱਗੇ ਹੈ, ਇਸ ਲਈ ਪ੍ਰੀਖਿਆ ਸਮਾਪਤ ਹੋਣ ਤੱਕ ਸਮੇਂ ਸਮੇਂ ਡੇਟ ਸ਼ੀਟ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਚੈੱਕ ਕਰ ਲਈ ਜਾਵੇ ਜੀ। ਸੋ ਨੀਚੇ ਪ੍ਰੀਖਿਆ ਕੇਂਦਰ ਹਨ, ਇਹਨਾਂ ਦੇ ਬਾਰੇ ਤੁਸੀਂ ਜਾਣਨਾ ਹੈ, ਇਹਨਾਂ ਦੇ ਨੰਬਰ ਦੇਖਣੇ ਹਨ, ਇਹ ਤੁਸੀਂ ਦੇਖ ਸਕਦੇ ਹੋ, ਖੁਦ ਵੀ ਡੇਟ ਸ਼ੀਟ ਦੇਖ ਸਕਦੇ ਹੋ। ਵੈਬਸਾਈਟ 'ਤੇ ਕਿੱਥੇ ਜਾਣਾ ਹੈ ਮੈਂ ਹੁਣੇ ਦੱਸ ਦਿੰਦਾ ਹਾਂ, 21 ਤਰੀਕ ਨੂੰ ਕੱਲ੍ਹ ਹੀ ਇਹ ਡੇਟ ਸ਼ੀਟ ਆਈ ਹੈ। ਇੱਥੇ ਤੁਸੀਂ ਜਾਣਾ ਹੈ, ਇਹ ਮੈਂ ਡੇਟ ਸ਼ੀਟ 'ਤੇ ਆ ਗਿਆ, ਇੱਥੋਂ ਬੈਕ ਚਲਾ ਗਿਆ, ਇਹ ਰਹਾ ਪੰਜਾਬੀ ਯੂਨੀਵਰਸਿਟੀ ਦੀ ਸਾਈਟ 'ਤੇ ਹੈ ਨਾ, ਪੰਜਾਬੀ ਯੂਨੀਵਰਸਿਟੀ ਸਾਈਟ 'ਤੇ ਇੱਥੇ ਡੇਟ ਸ਼ੀਟ ਲਿਖੀ ਹੈ, ਇਹ ਡੇਟ ਸ਼ੀਟ ਨੂੰ ਕਲਿੱਕ ਕਰਨਾ ਹੈ। ਇੱਥੇ 21 ਤਰੀਕ ਨੂੰ ਜਿਹੜੀਆਂ ਡੇਟ ਸ਼ੀਟ ਆਈਆਂ ਉਹ ਹਨ, ਉੱਥੇ ਲਿਖਿਆ ਹੈ BEd 2 year ਕੋਰਸ SEM-1 ਨੋਟੀਫਿਕੇਸ਼ਨ 485। ਠੀਕ, ਥੈਂਕ ਯੂ।